ਦਾਈ ਹੈ ਜਿਹੜੀ ਉਹ ਜਿਹੜਾ ਦੇ ਕੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਮਾਰਕਤ ਆਈ, ਪੰਡਿਤ ਹੈ ਜਿਹੜਾ ਉਹ ਮਠਿਆਈ ਖਿਲਾ ਕੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਮਾਰਕਤ ਆਇਆ। ਬਾਬਾ ਪ੍ਰਿਥੀ ਚੰਦ ਨੇ ਇਹਨਾਂ ਦੋਹਾਂ ਦੇ ਰਿਸ਼ਤੇਦਾਰਾਂ ਨੂੰ ਚੱਕ ਕੇ ਗੁਰੂ ਅਰਜਨ ਸਾਹਿਬ ਮਹਾਰਾਜ 'ਤੇ ਮੁਕੱਦਮਾ ਦਰਜ ਕਰਾਇਆ ਕਿ ਇਹਨਾਂ ਨੇ ਸਾਡੇ ਬੰਦੇ ਮਾਰ ਦਿੱਤੇ। 11 ਮੁਕੱਦਮੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਮੁਗਲਾਂ ਦੀ ਕਚਹਿਰੀ ਦੇ ਵਿੱਚ ਚੱਲਦੇ ਰਹੇ। ਗੁਰੂ ਅਰਜਨ ਸਾਹਿਬ ਮਹਾਰਾਜ ਦੇਖੋ ਝੂਠਾ ਬੰਦਾ ਇਹੋ ਜਿਹੇ ਮੁਕੱਦਮੇ ਦਾ, ਪਰ ਸਤਿਗੁਰੂ ਗੁਰੂ ਹਰਗੋਬਿੰਦ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਹਨਾਂ ਦਾ ਆਪਾਂ ਕੋਟਾਂ ਕੋਟ ਸ਼ੁਕਰ ਕਰੀਏ ਕਿ ਇਹੋ ਜਿਹਾ ਗੁਰੂ ਭਵਨ ਨਿਰਮਾਣ ਕਲਾ ਦਾ ਨਿਰਮਾਤਾ, ਤਾਨਾ ਦਾਨਿਸ਼ਮੰਦ ਗੁਰੂ, ਮਹਾਬਲੀ ਗੁਰੂ, ਬਾਣੀ ਦਾ ਮਹਾਨ ਕਵੀ ਅਤੇ ਪ੍ਰਬੰਧ ਦੇ ਵਿੱਚ ਸਤਿਗੁਰੂ ਜੀ ਨੇ ਬਾਣੀ ਦੀ ਰੀੜ ਹੈ ਜਿਹੜੀ ਕਿਸੇ ਤਰੀਕੇ ਨਾਲ ਉਚਾਰਨ ਕੀਤੀ ਬਾਣੀ ਬੰਨ੍ਹੀ ਬੰਨ੍ਹੀ ਹੈ, ਉਸ ਕੋਮਲ ਕਲਾਵਾਂ ਦੇ ਮਾਰਗ ਗੁਰੂ ਦੇ ਘਰ ਗੁਰੂ ਹਰਗੋਬਿੰਦ ਮਹਾਰਾਜ ਕੈਸਾ ਸੂਰ ਵੀਰ ਬਲੀ ਚਮਤਕਾਰੀ ਯੋਧਾ ਪੈਦਾ ਹੋਇਆ। ਦੁਨੀਆਂ ਦੇ ਇਤਿਹਾਸ ਵਿੱਚ ਨਵੀਂ ਇੱਕ ਨਵੀਂ ਹੀ ਪੀੜ੍ਹੀ ਤੁਰੀ ਹੈ ਕਿ ਸਤਿਗੁਰੂ ਐਸੇ ਐਸੇ ਸਤਿਗੁਰੂ ਜਿਹੜੀਆਂ ਐਸੀਆਂ ਕੋਮਲ ਕਲਾਵਾਂ ਦੇ ਮਾਲਕ ਹੋਣ, ਉਹਨਾਂ ਦੇ ਘਰ ਦੇ ਵਿੱਚ ਇਹੋ ਜਿਹਾ ਸੂਰ ਵੀਰ ਬਲੀ ਯੋਧਾ ਪੈਦਾ ਹੋਇਆ। ਇਹੋ ਜਿਹਾ ਦਾਨ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਸੰਸਾਰ ਨੂੰ ਬਖਸ਼ਿਸ਼ ਕੀਤਾ। ਸੋ ਸ਼ੁਕਰ ਦੇ ਵਿੱਚ ਆ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਕਿਉਂਕਿ ਮਹਾਨ ਕਵੀ ਵੀ ਹਨ, ਗੁਰੂ ਵੀ ਹਨ, ਪਰਉਪਕਾਰੀ ਵੀ ਹਨ, ਦਾਨੀ ਵੀ ਹਨ, ਮੇਰਾ ਕਰਦੇ ਹਨ, ਇਹ ਸ਼ਬਦ ਉਚਾਰਨ ਕੀਤਾ। ਰਹਾਉ ਦੇ ਵਚਨ ਹਨ, ਹਰਜਨ ਰਾਖੇ ਗੁਰੂ ਗੋਬਿੰਦ, ਦਾਸ ਦੇ ਉੱਤੇ ਕਿਰਪਾ ਕੀਤੀ, ਹਰੀ ਦੇ ਦਾਸਾਂ ਦੀ ਰੱਖਿਆ ਕਰਨ ਵਾਲਾ ਵਾਹਿਗੁਰੂ ਗੁਰੂ ਗੋਬਿੰਦ ਗੁਰੂ ਰੱਖਿਆ ਕਰਨ ਵਾਲਾ ਹੈ। ਗੋਬਿੰਦ ਦੀ ਰੱਖਿਆ, ਹਰਗੋਬਿੰਦ ਦੀ ਰੱਖਿਆ ਕਰਨ ਵਾਲਾ ਵਾਹਿਗੁਰੂ ਆਪ ਹੈ। ਉਹਨੇ ਹੀ ਭੇਜਿਆ ਹੈ ਆਪਣੇ ਹੁਕਮ ਅਨੁਸਾਰ, ਉਹੀ ਰਾਖੀ ਕਰਨ ਵਾਲਾ ਹੈ। ਕੰਠ ਲਾਇਆ ਹੁਣ ਸਭ ਮੇਟੇ ਦਇਆਲ ਪੁਰਖ ਬਖਸ਼ਣ, ਕੰਠ ਨਾਲ ਲਾ ਕੇ ਰੱਖਦਾ ਹੈ, ਔਕੜਾਂ ਨੂੰ ਖਤਮ ਕਰ ਦਿੰਦਾ ਹੈ, ਦਇਆ ਦਾ ਘਰ ਹੈ ਅਤੇ ਸਦਾ ਹੀ ਬਖਸ਼ਿਸ਼ ਕਰਨ ਵਾਲਾ, ਮਿਹਰਾਂ ਕਰਨ ਵਾਲਾ ਹੈ। ਇਹੋ ਜਿਹੀਆਂ ਮਿਹਰਾਂ ਕਰਦਾ ਹੈ, ਕਿਉਂ ਮੇਰਾ ਕਰਦਾ ਹੈ, ਇੰਨੀ ਸਤਿਗੁਰੂ ਦਇਆ ਕਰਦਾ ਨੇ, ਚਤੁਰ ਦਿਸ਼ਾ ਕੀਨੋ ਬਾਰੇ ਆਪਣਾ ਸਿਰ ਉੱਪਰ ਕਰਦਾ ਆਇਓ, ਚਾਰੇ ਦਿਸ਼ਾਵਾਂ ਧਰਤੀ ਦੀਆਂ ਚਾਰ ਦਿਸ਼ਾਵਾਂ ਨੇ, ਪੂਰਬ ਪੱਛਮ ਉੱਤਰ ਦੱਖਣ, ਚਾਰਾਂ ਦਿਸ਼ਾਵਾਂ ਦੇ ਉੱਤੇ ਬਲ ਹੈ ਜਿਹੜਾ ਉਹ ਵਾਹਿਗੁਰੂ ਦਾ, ਜਿਹਦੇ ਉੱਤੇ ਕਿਰਪਾ ਕਰਦਾ ਉਹਦੇ ਸਿਰ ਦੇ ਉੱਤੇ ਆਪਣਾ ਹੱਥ ਰੱਖ ਦਿੰਦਾ, ਚਾਰੇ ਦਿਸ਼ਾਵਾਂ ਦੇ ਵਿੱਚੋਂ ਉਹਦੇ ਉੱਤੇ ਕੋਈ ਵੀ ਹਮਲਾ ਨਹੀਂ ਹੋ ਸਕਦਾ, ਉਹਨੂੰ ਕੋਈ ਵੀ ਕੁਛ ਕਰ ਨਹੀਂ ਸਕਦਾ, ਜਿਹਦੇ ਉੱਤੇ ਸਤਿਗੁਰੂ ਦੀ ਮਿਹਰ ਹੋਵੇ, ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋਵੇ। ਕਿਰਪਾ ਕਟਾ ਗਿਆ ਅਵਲੋਕਨ ਕੀਨੋ ਦਾਸ ਕਾ ਦੂਖ ਬਿਦਾਰਿਓ, ਕਿਰਪਾ ਕਟਾ ਕਹਿੰਦੇ ਟੇਢੀ ਨਜ਼ਰ ਨਾਲ, ਇੱਕ ਤਾਂ ਸਿੱਧੀ ਨਜ਼ਰ ਨਾਲ ਦੇਖ ਲੈਣਾ, ਦਰਸ਼ਨ ਸਾਰਿਆਂ ਨੂੰ ਹੁੰਦੇ ਹਨ ਗੁਰੂ ਦੇ, ਇੱਕ ਟੇਢੀ ਨਜ਼ਰ ਦੇ ਨਾਲ ਦੇਖ ਲੈਣਾ, ਜੇ ਗੁਰੂ ਟੇਢੀ ਨਜ਼ਰ ਦੇ ਨਾਲ ਵੀ ਦੇਖ ਲਵੇ ਕਿਸੇ ਨੂੰ, ਕਿਰਪਾ ਕਟਾ ਕਾ ਅਵਲੋਕਨ ਕੀਨੋ, ਅਵਲੋਕਨ ਦਾ ਮਤਲਬ ਦੇਖਣਾ ਹੈ, ਟੇਢੀ ਨਜ਼ਰ ਦੇ ਨਾਲ ਵੀ ਜੇ ਸਤਿਗੁਰੂ ਕਿਸੇ ਵੱਲ ਕਿਰਪਾ ਕਰ ਦੇਵੇ ਦੇਖ ਲਵੇ, ਦਾਸ ਕਾ ਦੂਖ ਬਿਦਾਰੇ, ਉਸ ਦਾਸ ਦਾ ਉਸ ਜਿਗਿਆਸੂ ਦਾ ਸਾਰੇ ਦੁੱਖਾਂ ਦਾ ਨਾਸ ਕਰ ਦਿੰਦਾ ਹੈ, ਗੁਰੂ ਦੀ ਨਜ਼ਰ ਐਸੀ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇ ਲੈ। ਸੋ ਦੇਖੋ ਕਿਹੋ ਜਿਹਾ ਪਵਿੱਤਰ ਵਚਨ ਗੁਰੂ ਅਰਜਨ ਦੇਵ ਮਹਾਬਲੀ ਨੇ ਉਚਾਰਨ ਕੀਤਾ ਹੈ, ਲੱਖਾਂ ਦੁਨੀਆਂ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਨਮਸਕਾਰਾਂ ਕਰੇ, ਅਰਬਾਂ ਦੁਨੀਆਂ ਆ ਕੇ ਨਮਸਕਾਰਾਂ ਕਰੇ। ਹਰੇਕ ਮਨੁੱਖ ਦੀ ਇੱਛਾ ਵੱਖਰੀ ਵੱਖਰੀ ਹੁੰਦੀ, ਹਰੇਕ ਮਨੁੱਖ ਦੀ ਇੱਛਾ ਵੱਖਰੀ ਵੱਖਰੀ ਹੁੰਦੀ। ਲੱਖਾਂ ਆਦਮੀ ਮੱਥਾ ਟੇਕਣ, ਦਰਬਾਰ ਸਾਹਿਬ ਦੇ ਵਿੱਚ ਲੱਖਾਂ ਦੀ ਗਿਣਤੀ ਹੈ, ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਲੋਕ ਮੱਥਾ ਟੇਕਣ ਆਉਂਦੇ ਹਨ, ਦੁਨੀਆਂ ਦੇ ਲੱਖਾਂ ਦੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਹਨ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਲੱਖਾਂ ਕਰੋੜਾਂ ਦੁਨੀਆਂ ਰੋਜ਼ ਦਰਸ਼ਨ ਕਰਨ ਆਉਂਦੀ ਹੈ, ਹਰੇਕ ਦੀ ਆਪਣੀ ਆਪਣੀ ਇੱਛਾ ਹੁੰਦੀ, ਆਪਣੀ ਆਪਣੀ ਇੱਛਾ ਲੈ ਕੇ ਹਰੇਕ ਆਉਂਦਾ ਹੈ, ਪਰ ਸਤਿਗੁਰੂ ਧੰਨ ਹੈ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ, ਹਰੇਕ ਦੀ ਇੱਛਾ ਪੂਰੀ ਕਰਦਾ, ਜਿੰਨੇ ਆਉਂਦੇ ਹਨ ਸਾਰਿਆਂ ਦੀਆਂ ਇੱਛਾਵਾਂ ਪੂਰੀ ਹੁੰਦੀਆਂ, ਕੋਈ ਧਾਰ ਕੇ ਆਵੋ ਮਨ ਦੇ ਵਿੱਚ ਹਰੇਕ ਦੀ ਇੱਛਾ ਪੂਰੀ ਕਰਦਾ ਹੈ। ਕਿੱਡਾ ਕੁ ਵੱਡਾ ਸਤਿਗੁਰੂ ਦਾ ਦਿਲ ਹੈ, ਕਿੱਡਾ ਕੁ ਵੱਡਾ ਸਮੁੰਦਰ ਸਤਿਗੁਰੂ ਹੈ, ਜੋ ਇੱਛਾ ਲੈ ਕੇ ਆਵੇ ਬੱਚੇ ਤੋਂ ਲਾ ਕੇ ਬਾਲਕ ਤੱਕ ਬਿਰਧ ਤੱਕ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਇੱਥੇ ਬਚਨ ਹੋਇਆ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਠਾਕੁਰ ਹੈ ਜਿਹੜਾ ਰਾਰਾ ਮੁਕਤਾ ਹੈ, ਠਾਕੁਰ ਜਿੰਨਾ ਦਾਨ ਦਿੰਦਾ ਹੈ ਸੋਈ ਸੋਈ ਦੇਵੈ, ਜੋ ਕੁਛ ਮੰਗਦਾ ਹੈ ਉਹੀ ਠਾਕੁਰ ਸਾਰਿਆਂ ਨੂੰ ਦਾਨ ਦਿੰਦਾ ਹੈ। ਨਾਨਕ ਦਾਸ ਮੁਕਤੇ ਜੋ ਬੋਲੈ ਇਹਾਂ ਨੂੰ ਸੱਚ ਹੋਵੇ,
ਸੋ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਮੇਰਾ ਕਰਦੇ ਹਨ, ਜਿਸ ਹਿਰਦੇ ਅੰਦਰ ਗੁਰੂ ਦਾ ਪ੍ਰਕਾਸ਼ ਹੋ ਜਾਵੇ, ਗੁਰੂ ਦੀ ਬਾਣੀ ਦਾ ਪ੍ਰਕਾਸ਼ ਹੋ ਜਾਵੇ, ਉਹ ਦਾਸਾ ਭਾਵ ਪ੍ਰਾਪਤ ਹੋ ਜਾਂਦਾ, ਦਾਸ ਬਣ ਜਾਂਦਾ, ਸੇਵਕ ਬਣ ਜਾਂਦਾ ਹੈ ਉਹ। ਸੋ ਨਾਨਕ ਦਾਸ ਮੁਖ ਤੇ ਜੋ ਬੋਲੇ ਸੱਚ ਹੋ ਗਏ। ਜਿਹਦੇ ਹਿਰਦੇ ਅੰਦਰ ਸਤਿਗੁਰੂ ਪ੍ਰਕਾਸ਼ ਕਰਦੇ ਹਨ ਆਪਣੀ ਬਾਣੀ ਦਾ, ਜਿਹਦੇ ਸਿਰ ਦੇ ਉੱਪਰ ਹੱਥ ਰੱਖਦੇ ਹਨ ਆਪਣੀ ਕਿਰਪਾ ਦਾ, ਉਹ ਜੋ ਕੁਛ ਮੁਖ ਤੇ ਬੋਲਦਾ ਹੈ ਇਸ ਧਰਤੀ ਦੇ ਉੱਤੇ, ਊਹਾਂ ਉਸ ਪ੍ਰਲੋਕ ਵਿੱਚ, ਲੋਕ ਹਰ ਪ੍ਰਲੋਕ ਦੇ ਵਿੱਚ ਉਹ ਗੱਲ ਸੱਚੀ ਹੋ ਜਾਂਦੀ ਹੈ। ਉਹ ਕੋਈ ਮੋੜ ਵਾਲਾ ਨਹੀਂ, ਚੰਦ ਸੂਰਜ ਧਰਤੀ ਸਭ ਨਾਸ਼ ਹੋ ਸਕਦੇ ਹਨ ਪਰ ਉਹ ਵਚਨ ਨਹੀਂ ਕਰ ਸਕਦਾ। ਚੰਦ ਵਿਨਾਸੀ, ਸੂਰ ਵਿਨਾਸੀ, ਰਮਸਸ ਵੀ ਬੇਨਾਦਾ। ਸੋ ਇੱਕ ਸਾਧ ਵਚਨ ਅਟਲਾਦਾ, ਸਾਧੂ ਦਾ ਵਚਨ ਅਟਲ ਹੁੰਦਾ, ਉਹ ਕਦੇ ਵੀ ਨਾਸ ਨਹੀਂ ਹੋ ਸਕਦਾ। ਗੁਰੂ ਦਾ ਵਚਨ ਅਟਲ ਹੁੰਦਾ, ਕਦੇ ਵੀ ਨਾਸ ਨਹੀਂ ਹੋ ਸਕਦਾ। ਜਿਸਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦਾ ਵਚਨ ਜਿਹਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਵੇ, ਉਹਦਾ ਵਚਨ ਵੀ ਅਟਲ ਹੋ ਜਾਂਦਾ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਪਾਵਨ ਕੀਰਤਨ ਮਿਹਨਤ ਕੀਤੀ ਹੈ, ਆਪਣਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਪਣੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਵੇ। ਸਤਿਗੁਰੂ ਮੇਰਾ ਕਰਨ ਇਸ ਉਪਦੇਸ਼ ਨੂੰ ਘੁਮਾਉਣ ਲਈ ਬਲਬੁੱਧ ਬਖਸ਼ਣ, ਦਾਰਾਇਆਂ ਦੀਆਂ ਸਾਰਿਆਂ ਦੀਆਂ ਹਾਜ਼ਰ ਸਤਿਗੁਰੂ ਪ੍ਰਵਾਨ ਕਰਨ, ਆਓ ਭੁੱਲਾਂ ਗਲਤੀਆਂ ਦੀ ਸੇਵਾ ਕਰਨੀ ਜੀ, ਆਓ ਫਤਿਹ ਬੁਲਾ ਕੇ ਗੁਰੂ ਚਰਨਾਂ ਦਾ ਸਾਰੇ ਉਲਟਾ ਆਸਰਾ ਮੰਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।